ਅਸੀਂ ਕਿਉਂ ਇਕੱਠੇ ਹੋਏ ਹਾਂ। ਸਾਨੂੰ ਪਤਾ ਹੀ ਹੈ ਕਿ ਅਸੀਂ ਕਿਉਂ ਇਕੱਠੇ ਹੋਏ ਹਾਂ। ਸੋਚਣਾ ਹੈ ਕਿਉਂਕਿ ਅੰਮ੍ਰਿਤ ਵੇਲਾ ਹੈ। ਇਸ ਵੇਲੇ ਪੰਛੀ ਵੀ ਜਾਗਦੇ ਹੈ, ਉਹ ਵੀ ਆਪਣੇ ਪੈਦਾ ਕਰਨ ਵਾਲੇ ਦਾ ਸ਼ੁਕਰਗੁਜ਼ਾਰ ਕਰਦੇ ਹੈ। ਫਰੀਦ ਸਾਹਿਬ ਨੇ ਕਿਹਾ, ਹਉ ਬਲਿਹਾਰੀ ਪੰਖੀਆਂ ਜੰਗਲ ਜਿੰਨਾ ਵਾਸ, ਕੰਕਰ ਚੁਗਨ ਥਲ ਵਸਣ ਰੱਬ ਨਾ ਛੋਡਣ ਪਾਸ। ਉਹ ਕਹਿੰਦੇ ਅਸੀਂ ਉਹਨਾਂ ਪੰਛੀਆਂ ਤੋਂ ਬਲਹਾਰ ਜਾਂਦੇ ਹਾਂ ਜਿਹੜੇ ਸੁਭਾਅ ਉੱਠ ਕੇ ਇਨਸਾਨਾਂ ਤੋਂ ਵੀ ਪਹਿਲਾਂ ਪਰਮਾਤਮਾ ਦਾ ਸ਼ੁਕਰਗੁਜ਼ਾਰ ਹੁੰਦੇ ਆ। ਗੁਰੂ ਨਾਨਕ ਸਾਹਿਬ ਵੀ ਕਹਿੰਦੇ ਆ, ਚਿੜੀ ਚੂਕੀ ਪੈ ਫੁੱਟੀ ਵਗਣ ਬਹੁਤ ਤਰੰਗ, ਅਚਰਜ ਰੂਪ ਸੰਤਨ ਰਚੇ ਨਾਨਕ ਰੰਗ ਨਾਮੇ ਰੰਗ। ਸੁਭਾਅ ਪੰਛੀ ਆਪਣੀ ਜਵਾਨ ਦੇ ਅੰਦਰ ਉਸ ਮਾਲਕ ਦਾ ਸ਼ੁਕਰਗੁਜ਼ਾਰਦੇ ਹੈ। ਇੱਕ ਇਸ ਕਿਸਮ ਦੇ ਆਤਮਾ ਮਹਾਨ ਆਤਮਾ ਇਹ ਸੰਸਾਰ ਮੰਡਲ 'ਤੇ ਆਉਂਦੀਆਂ ਹੈ, ਉਹ ਉਸ ਵੇਲੇ ਸੌਣ ਦੇ ਵਿੱਚ ਨਹੀਂ ਲੱਗੇ ਹੁੰਦੇ, ਉਹ ਨਾਮ ਨਾਲ ਜੁੜ ਜਾਂਦੇ ਹੈ। ਸਾਡੇ ਤੇ ਪ੍ਰਭੂ ਪਰਮਾਤਮਾ ਨੇ ਬੜੀ ਭਾਰੀ ਦਇਆ ਕੀਤੀ, ਸਾਨੂੰ ਉਹਨੇ ਆਪਣਾ ਭੇਦ ਦਿੱਤਾ, ਨਾਮ ਨਾਲ ਜੋੜਿਆ। ਹੁਣ ਸਾਡਾ ਫਰਜ਼ ਬਣਦਾ ਹੈ ਕਿ ਅਸੀਂ ਉਸ ਨਾਮ ਦੇ ਨਾਲ ਜੁੜੇ ਰਹੀਏ, ਸ਼ਬਦ ਦੇ ਨਾਲ ਜੁੜੇ ਰਹੀਏ। ਅਸੀਂ ਤਦ ਹੀ ਜੁੜੇ ਰਹਿ ਸਕਦੇ ਹਾਂ ਜਾਂ ਕਾਮਯਾਬ ਹੋ ਸਕਦੇ ਹਾਂ ਆਪਣੀ ਜ਼ਿੰਦਗੀ ਦੇ ਅੰਦਰ। ਸਾਨੂੰ ਇਹ ਨਹੀਂ ਕਹਿਣਾ ਚਾਹੀਦਾ ਕਿ ਸਤਿਗੁਰੂ ਲੈ ਜਾਣਗੇ। ਠੀਕ ਹੈ, ਉਹ ਤਾਂ ਲੈ ਜਾਣਗੇ। ਜੇ ਬੇਟਾ ਆਪਣੀ ਜ਼ਿੰਦਗੀ 'ਚ ਇਹ ਹੀ ਕਹੀ ਜਾਏ ਕਿ ਪਿਤਾ ਦੀ ਕਮਾਈ ਖਾਊਂਗਾ, ਠੀਕ ਹੈ ਪਿਤਾ ਤਾਂ ਖਵਾਏਗਾ, ਉਹਦੀ ਜ਼ਿੰਮੇਵਾਰੀ ਹੈ, ਲੇਕਿਨ ਦੇਖਣੇ ਵਾਲੇ ਕੀ ਕਹਿਣਗੇ ਵੀ ਇਹ ਲੜਕਾ ਨਲਾਇਕ ਹੈ, ਇਹ ਆਪਣੇ ਪਿਤਾ ਦੇ ਉੱਤੇ ਬੋਝਾ ਬਣਿਆ ਹੋਇਆ। ਤਾਂ ਸਾਨੂੰ ਸਤਿਗੁਰੂ ਦੇ ਉੱਪਰ ਬੋਝਾ ਨਹੀਂ ਬਣਨਾ ਚਾਹੀਦਾ। ਆਪ ਵੀ ਕੁਛ ਹਿੰਮਤ ਕਰਨੀ ਚਾਹੀਦੀ ਹੈ। ਪੁਰਸਾਰਥ ਕਰਨਾ ਇਨਸਾਨ ਦਾ ਧਰਮ ਹੈ। ਅਸੀਂ ਨਾਮ ਦੀ ਕਮਾਈ ਉਸੇ ਹਾਲਤ ਜ਼ਿਆਦਾ ਕਰ ਸਕਦੇ ਹਾਂ। ਸਭ ਤੋਂ ਪਹਿਲਾਂ ਅਸੀਂ ਆਪਣੀ ਸਰੀਰ ਨੂੰ ਪਵਿੱਤਰ ਰੱਖਣਾ ਹੈ। ਸਰੀਰ ਨੂੰ ਵਿਸ਼ੇ ਬਕਾਰਾਂ ਦੇ ਅੰਦਰ ਹੀ ਨਹੀਂ ਲਾਈ ਰੱਖਣਾ। ਵਿਸ਼ੇ ਬਕਾਰਾਂ ਦੇ ਨਾਲ ਇਹ ਚਿੱਕੜ ਹੈ, ਚਿੱਕੜ ਲੱਗ ਕੇ ਕੀ ਹੁੰਦਾ ਹੈ, ਸਰੀਰ ਮੈਲਾ ਹੋ ਜਾਂਦਾ ਹੈ। ਸਾਡਾ ਸਰੀਰ ਪਵਿੱਤਰ ਹੋਏਗਾ ਤਾਂ ਸਾਡਾ ਮਨ ਜ਼ਰੂਰ ਪਵਿੱਤਰ ਹੋਏਗਾ, ਕਿਉਂਕਿ ਇਸ ਦਾ ਮਨ ਦੇ ਨਾਲ ਵੀ ਸੰਬੰਧ ਹੈ। ਜਿੰਨਾ ਸਾਡਾ ਮਨ ਪਵਿੱਤਰ ਹੋਏਗਾ ਉਤਨੀ ਸਾਡੀ ਆਤਮਾ ਜ਼ਿਆਦਾ ਪਵਿੱਤਰ ਹੋਏਗੀ। ਜਦੋਂ ਸਾਡੀ ਆਤਮਾ ਪਵਿੱਤਰ ਹੋ ਜਾਂਦੀ ਹੈ ਫਿਰ ਕੀ ਹੈ ਕਿ ਸ਼ਬਦ ਤਾਂ ਪਵਿੱਤਰ ਹੈ ਹੀ ਜੋ ਸੱਚਖੰਡ ਤੋਂ ਉੱਠ ਕੇ ਸਾਡੇ ਵਿੱਚ ਆ ਰਿਹਾ ਹੈ। ਤਾਂ ਆਤਮਾ ਨੂੰ ਕੋਈ ਵੀ ਚੀਜ਼ ਐਸੀ ਤਾਕਤ ਨਹੀਂ ਕਿ ਜਿਹੜੀ ਫਿਰ ਸ਼ਬਦ ਤੋਂ ਅਲੱਗ ਰੱਖ ਸਕੇ। ਇਹਨੇ ਆਪਣੇ ਆਪ ਹੀ ਉਹਦੇ ਵਿੱਚ ਜਾ ਕੇ ਮਿਲ ਜਾਣਾ ਹੈ। ਜਿਸ ਤਰ੍ਹਾਂ ਲੋਹੇ ਨੂੰ ਜੰਗ ਲੱਗੀ ਹੈ, ਮੈਗਨੇਟ ਭਾਵੇਂ ਉਹਦੇ ਤੁਸੀਂ ਉੱਪਰ ਹੀ ਰੱਖ ਦਿਓ, ਜੇ ਚੱਕੋਗੇ ਉਹ ਮੈਗਨੇਟ ਜਿਹੜਾ ਹੈ ਉਹ ਲੋਹੇ ਨੂੰ ਨਹੀਂ ਚੁੱਕਦਾ। ਤਾਂ ਅਗਰ ਲੋਹਾ ਜੰਗ ਨਹੀਂ ਉਸ ਨੂੰ ਲੱਗੀ ਹੋਈ ਲੋਹੇ ਦੇ ਡੰਡੇ ਨੂੰ, ਤਾਂ ਮੈਗਨੇਟ ਉਸ ਦੇ ਦਾਇਰੇ ਦੇ ਵਿੱਚ ਜਦ ਵੀ ਆ ਜਾਏਗਾ ਫੌਰਨ ਆਪਣੀ ਤਰਫ ਉਹ ਖਿੱਚ ਲਏਗਾ, ਉਹ ਲਾਹਿਆ ਨਹੀਂ ਲੈਂਦਾ ਗਾ। ਇਸੇ ਤਰ੍ਹਾਂ ਸਾਡੀ ਆਤਮਾ ਹੈ। ਹੁਣ ਅਗਰ ਅਸੀਂ ਸ਼ਬਦ ਸੁਣਦੇ ਵੀ ਹੈ ਉਹ ਸਾਨੂੰ ਸ਼ਬਦ ਖਿੱਚਦਾ ਨਹੀਂ। ਕਿਉਂ ਨਹੀਂ ਖਿੱਚਦਾ? ਕਿ ਆਤਮਾ ਦੇ ਉੱਪਰ ਮੈਲ ਚੜੀ ਹੋਈ ਹੈ। ਸਿਮਰਨ ਜੋ ਹੈ ਉਹ ਆਤਮਾ ਦੀ ਸਫਾਈ ਦੇ ਵਾਸਤੇ ਝਾੜੂ ਦਾ ਕੰਮ ਕਰਦਾ ਹੈ। ਸਿਮਰਨ ਜੋ ਹੈ ਸਾਨੂੰ ਸੁੱਤੇ ਜਾਗਦੇ ਬਹਿੰਦੇ ਉੱਠਦੇ ਕਦੇ ਛੱਡਣਾ ਨਹੀਂ ਚਾਹੀਦਾ। ਕਿਸੇ ਨਾਲ ਗੱਲਾਂ ਵੀ ਕਰੀਏ ਤਦ ਵੀ ਨਹੀਂ ਛੱਡਣਾ ਚਾਹੀਦਾ। ਮੁੱਖ ਦੀ ਬਾਤ ਸਗਲ ਸਿਉਂ ਕਰਦਾ, ਜੀ ਸੰਗ ਪ੍ਰਭ ਆਪਣੇ ਧਰਦਾ। ਪ੍ਰੇਮੀ ਲੋਕ ਜਿਹੜੇ ਹੁੰਦੇ ਆ ਉਹ ਕੀ ਕਰਦੇ ਆ, ਦੁਨੀਆਂ ਨਾਲ ਗੱਲਾਂ ਬਾਤਾਂ ਵੀ ਕਰਦੇ ਹੈ, ਵਿਹਾਰ ਕਰਦੇ ਵੀ ਉਹ ਕੀ ਕਰਦੇ ਆ ਕਿ ਉਹਨਾਂ ਦਾ ਜਿਹੜਾ ਦਿਲ ਹੈ, ਦਿਲ ਦੀ ਤਾਰ ਹੈ ਜਿਹੜੀ ਉਹ ਸਿਮਰਨ ਦੇ ਨਾਲ ਲੱਗੀ ਹੈ। ਸਿਮਰਨ ਦੀ ਤਾਰ ਜਿਹੜੀ ਹੈ ਬੜੀ ਸੋਚ ਵਿਚਾਰ ਦੀ ਗੱਲ ਹੈ, ਇਹ ਸਾਨੂੰ ਸਤਿਗੁਰੂ ਦੇ ਨਾਲ ਕੰਟੈਕਟ ਕਰੀ ਰੱਖਦੀ ਹੈ, ਜੋੜੀ ਰੱਖਦੀ ਹੈ। ਤਾਂ ਪ੍ਰੇਮੀ ਦੀ ਜਿਹੜੀ ਜਵਾਨ ਹੈ ਸਦਾ ਤਰ ਰਹਿਣੀ ਚਾਹੀਦੀ ਹੈ।
अभ्यास ना छड़ो। एक दिन अभ्यास दे अंदर नागा पौना तुसी ए समझो कि असी भजन तो बड़ा दूर हो गए हैं। दिन तो बहुत ज्यादा है लेकिन जिन्ना महात्मा ने उस परमात्मा नू प्रगट किया वह की कहिंदे है गुरु नानक साहब, एक खिन बिसरे स्वामी जानो बरस पचासा। वह कहिंदे एक खिन एक सकेंट उस परमात्मा या अपने प्यारे सतगुरु नू भुल जाना तो 50 बरसा जिन्ना फर्क पै जांदा है। सोचो जिहड़े कई कई दिन भजन ही नहीं करते या कई कई घंटे बेचारे सिमरन ही भुले रहिंदे है उन्हां दी की हालत हो सकती है। एक तिल प्यारा विसरे तां भगत कनेही होए, भगती दे अंदर बड़ी वड्डी विरल पै जांदी है एक तिल जिन्ना चिर वी उहनूं विसर जाणा। तां ते हमेशा उसकी याद बनाई रखनी है, उहदी याद ही सानू तारेगी। महाराज सावण सिंह कहिंदे हुंदे सी वी जे तुहाथों भजन नहीं हुंदा कम से कम संतां दे नाल प्यार बना लो क्योंकि वह प्यार की मूर्त हुंदे है। आखरी वक्त जिधर साडा चकाओ होएगा असीं उत्थे जाना है। संतां नाल प्यार है तां असीं संतां दे विच ही समाउणा है। संतां ने कित्थे लै जाणा? मालक दे पास। लेकिन संतां दी याद भी असीं उस वक्त ही बना सकते हैं जे असीं पवित्र होवांगे। तां तुसीं देखो कि दुनिया माड़ी जी याद करके रात नूं उह तुहानूं बड़े आसानी नाल सुपना आउणे शुरू हो जांदे आ। गुरु दा सुपना क्यों घट आउंदा तुहानूं? दुनिया माड़ी जी याद करो फौरन तुहानूं उह सुपनिआं दे विच विखाली देवेगी। ख्याल उहनां दा बड़ी जल्दी पक जांदा है। गुरु दा ख्याल क्यों नहीं जल्दी पकदा? क्यों नहीं सुपनिआं दे अंदर आउंदा? उह पवित्र है, वो पवित्र है, वो साढ़े मैले हिरदे दे विच नहीं आउंदा गा। क्यों? असीं मन इंद्रियां दे काटते हैं। हाँ कदे कदे साडा मन शांत हुंदा है, थोड़ी बहुती पवित्रता हुंदी है। असीं पैने हैं गुरु अपनी दया ना किते सुरत नूं उपर खिंच लैंदा सुते पिआं दी, उस वक्त सानूं गुरु दा सुफन आउंदा है। जिदे गुरु का सुफन आवे सारा दिन उस प्रेमी दिया जिहड़ा दिल है गुलाब के फुल की तरह खिड़िया रहिंदा है। लेकिन फिर भी उहदी दया नूं असीं ना पवित्र होण करके पूरी तरह प्राप्त नहीं कर सकते। जो कुछ तुहानूं सुपन दे विच कहना चाहुंदा है कई दफा कह भी दिंदा है लेकिन तुसीं भुल जाने हो या उसकी पूरी आवाज़ सुन नहीं रहे होंगे गे क्योंकि तुहाडा झुकाव थले की तरफ होंदा है। ਤਾਂ ਤੋਂ ਪ੍ਰੇਮੀ ਨੂੰ ਸਿਮਰਨ ਦੇ ਜ਼ਰੀਏ ਹਮੇਸ਼ਾ ਤੀਸਰੇ ਤਿਲ ਦੀ ਤਰਫ ਧਿਆਨ ਲਾਈ ਰੱਖਣਾ ਚਾਹੀਦਾ। ਅਗਰ ਇੱਕ ਦਫ਼ਾ ਤੁਸੀਂ ਤੀਸਰੇ ਤਿਲ 'ਤੇ ਇਕੱਠੇ ਹੋ ਜਾਓਗੇ ਥੋੜ੍ਹਾ ਜਿਹਾ ਵੀ ਤੁਸੀਂ ਇਕੱਠਾ ਆਪਣੇ ਖਿਆਲ ਨੂੰ ਕਰਨ ਲੱਗ ਜਾਓਗੇ ਤੁਹਾਡੇ ਅੰਦਰ ਬੜਾ ਭਾਰਾ ਪਿਆਰ ਜਾਗੇਗਾ। ਜਿਸ ਪਿਆਰ ਜਾਂ ਲਗਨ ਨੂੰ ਤੁਸੀਂ ਛੱਡ ਨਹੀਂ ਸਕੋਗੇ, ਜਿਵੇਂ ਅੱਜ ਲਾਉਣਾ ਔਖਾ ਹੈ ਇਸ ਤਰ੍ਹਾਂ ਫਿਰ ਤੋੜਨਾ ਵੀ ਔਖਾ ਹੈ। ਜਿਸ ਤਰ੍ਹਾਂ ਅੱਜ ਲਾਉਣਾ ਔਖਾ ਹੈ ਉਸ ਤਰ੍ਹਾਂ ਤੋੜਨਾ ਔਖਾ ਹੈ। ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਆ, ਤੋੜੀ ਨਾ ਟੂਟੇ ਛੋੜੀ ਨਾ ਛੂਟੇ, ਐਸੀ ਮਾਧੋ ਖਿੱਚਤਨੀ। ਐਸੀ ਪ੍ਰੀਤ ਲੱਗ ਜਾਂਦੀ ਹੈ ਫਿਰ ਉਸ ਅਸੀਂ ਜਿਵੇਂ ਅੱਜ ਲਾਉਣੀ ਔਖੀ ਹੈ ਇਸੇ ਤਰ੍ਹਾਂ ਫਿਰ ਤੋੜਨੀ ਔਖੀ ਹੈ। ਤੁਸੀਂ ਦੇਖ ਲਓ ਕਿ ਬੜੇ ਬੜੇ ਪ੍ਰੇਮੀਆਂ ਦੇ ਉੱਤੇ ਕਸ਼ਟ ਆਏ ਜਿਨ੍ਹਾਂ ਨੂੰ ਇਹ ਕਿਹਾ। ਐਸੇ ਦਿੱਲੀ ਦੇ ਅੰਦਰ ਮੈਂ ਕਈ ਵਾਰੀ ਇਹ ਮਿਸਾਲ ਦਿੰਦਾ ਹੁੰਦਾ, ਭਾਈ ਮਤੀ ਦਾਸ ਦੇ ਕੋਲੇ ਆਰਾ ਲਿਆ ਕੇ ਰੱਖ ਦਿੱਤਾ, ਕਹਿਣ ਲੱਗੇ ਕਿ ਇਹ ਜਿਸ ਦੀ ਖਾਤਰ ਤੂੰ ਜਾਨ ਦਿੰਦਾ ਹੈ ਇਹ ਕੋਲੇ ਹੀ ਬੈਠਾ ਹੈ ਪਿੰਜਰੇ ਦੇ ਅੰਦਰ, ਇਹ ਆਪਣੀ ਰੱਖਿਆ ਨਹੀਂ ਕਰ ਸਕਦਾ, ਤੇਰੀ ਕਿਵੇਂ ਕਰੇਗਾ? ਤੈਨੂੰ ਅੱਛਾ ਅਹੁਦਾ ਦੇ ਦਿੰਦੇ ਹਾਂ, ਕੋਈ ਕੋਈ ਅੱਛੀ ਤੈਨੂੰ ਧਨ ਦੌਲਤ ਦੇ ਦਿੰਦੇ ਹਾਂ, ਤੂੰ ਛੱਡ ਇਹਦਾ ਸਾਥ, ਸਾਡੇ ਮਜ਼ਹਬ ਨੂੰ ਕਬੂਲ ਕਰ। ਕਿਉਂਕਿ ਮੁਸਲਮਾਨਾਂ ਦਾ ਬੜਾ ਜ਼ੋਰ ਸੀਗਾ। ਹੁਣ ਮਤੀ ਦਾਸ ਜੇ ਤਾਂ ਬਾਹਰ ਮੁਖੀ ਹੁੰਦਾ ਤਾਂ ਤੁਹਾਨੂੰ ਪਤਾ ਹੀ ਹੈ ਫਿਰ ਤਾਂ ਭਰੋਸਾ ਕੀ ਬੱਝਣਾ ਸੀ ਟੁੱਟ ਜਾਂਦਾ। ਲੇਕਿਨ ਉਹ ਅੰਦਰ ਜਾਂਦਾ ਸੀ, ਉਹ ਦੇਖਦਾ ਸੀਗਾ ਕਿ ਮੇਰਾ ਜੋ ਗੁਰੂ ਹੈ ਇਹ ਕੁੱਲ ਮਾਲਕ ਹੈ। ਉਹ ਕਹਿਣ ਲੱਗਿਆ ਕਿ ਤੁਸੀਂ ਮੈਨੂੰ ਐਸੀਆਂ ਗੱਲਾਂ ਨਾ ਕਹੋ, ਅਗਰ ਮੇਰੇ 'ਤੇ ਤੁਸੀਂ ਤਰਸ ਕਰਦੇ ਹੋ ਇੱਕ ਤਾਂ ਜਲਦੀ ਆਰੇ ਨਾਲ ਚੀਰ ਦਿਓ, ਇੱਕ ਜਿਹੜਾ ਮੇਰਾ ਮੂੰਹ ਹੈ ਮੇਰੀਆਂ ਅੱਖਾਂ ਹੈ ਮੇਰੇ ਪ੍ਰੀਤਮ ਦੀ ਤਰਫ ਕਰ ਦਿਓ।
ਉਹ ਜਲਾਦ ਵੀ ਉਹਦੇ ਸਿਦਕ ਨੂੰ ਦੇਖ ਕੇ ਕੰਬ ਉੱਠੇ, ਲੇਕਿਨ ਹੁਕਮ ਉਹਨਾਂ ਨੂੰ ਵੀ ਵਜਾਉਣਾ ਪੈਂਦਾ। ਇਸ ਵਾਸਤੇ ਪ੍ਰੇਮੀ ਜਿਹੜਾ ਸਿੱਖ ਹੁੰਦਾ ਹੈ, ਜਦ ਇੱਕ ਵਾਰੀ ਪ੍ਰੇਮ ਅੰਦਰ ਲੱਗ ਜਾਂਦਾ ਹੈ, ਜਿਸ ਤਰ੍ਹਾਂ ਬੱਤੀ ਦੀਵੇ ਦੀ ਜਿਵੇਂ ਜਿਵੇਂ ਆਪਣਾ ਸਿਰ ਕਟਾਉਂਦੀ ਹੈ, ਉਸੇ ਤਰ੍ਹਾਂ ਉਹ ਜ਼ਿਆਦੇ ਚਾਨਣ ਲੋ ਕਰਦੀ ਹੈ। ਇਸੇ ਤਰ੍ਹਾਂ ਪ੍ਰੇਮੀ ਜਦ ਅੰਦਰ ਜਾਣ ਲੱਗ ਜਾਂਦਾ ਹੈ, ਕੁਛ ਵੀ ਘਟਨਾ ਘਟਦੀ ਹੈ, ਉਹਦਾ ਪ੍ਰੇਮ ਆਪਣੇ ਗੁਰੂ ਨਾਲ ਨਹੀਂ ਟੁੱਟਦਾ ਗਾ। ਉਹ ਸੋਚਦਾ ਹੈ ਕਿ ਮੇਰਾ ਕਰਮ ਹੈ। ਸੋ ਸਾਨੂੰ ਅਭਿਆਸ ਨਹੀਂ ਛੱਡਣਾ, ਅਭਿਆਸ ਦਿਲ ਲਾ ਕੇ ਕਰਨਾ ਹੈ। ਪਹਿਲਾਂ ਅਭਿਆਸ, ਦੁਨੀਆਂ ਦੇ ਕੰਮ ਬਾਅਦ ਮੇ। ਮਹਾਰਾਜ ਸਾਵਣ ਸਿੰਘ ਕਹਿੰਦੇ ਹੁੰਦੇ ਵੀ ਸਾਡੀ ਇਸ ਤਰ੍ਹਾਂ ਦਾ ਹਾਲਤ ਹੋ ਜਾਣੀ ਚਾਹੀਦੀ ਹੈ ਕਿ ਹੱਥ ਕਾਰ ਬੰਨੀ, ਦਿਲ ਯਾਰ ਬੰਨੀ। ਹੱਥਾਂ ਪੈਰਾਂ ਨਾਲ ਕੰਮ ਕਰਨਾ ਤੇ ਅੰਦਰੋਂ ਵੱਜੇ ਨਾਮ ਦੀ ਤਾਰ, ਜਿਹੜੀ ਤਾਰ ਹੈ ਹਮੇਸ਼ਾ ਹੀ ਉਹ ਸਿਮਰਨ ਦੇ ਨਾਲ ਜੁੜੀ ਰਹੇ ਦਿਲ ਦੀ। ਤੋ ਸਾਨੂੰ ਸਿਮਰਨ ਜ਼ਰੂਰੀ ਹੈ, ਭਜਨ ਵਿਆਹ ਜ਼ਰੂਰੀ ਹੈ। ਸਭ ਤੋਂ ਪਹਿਲਾਂ ਜੋ ਮੈਂ ਦੱਸਿਆ ਸੀ ਕਿ ਆਪਣੇ ਸਰੀਰ ਦੀ ਪਵਿੱਤਰਤਾ, ਮਨ ਦੀ ਪਵਿੱਤਰਤਾ, ਅਗਰ ਪਵਿੱਤਰ ਮਨ ਹੈ ਤਾਂ ਹੀ ਅਸੀਂ ਅਭਿਆਸ ਕਰ ਸਕਦੇ ਹਾਂ। ਜੇ ਅਸੀਂ ਮਨ ਨੂੰ ਲਵੇੜੀ ਬੈਠੇ ਹਾਂ, ਅਸੀਂ ਅਭਿਆਸ ਨਹੀਂ ਕਰ ਸਕਦੇ। ਕਿਉਂ? ਸਤਿਗੁਰੂ ਜੋ ਦਇਆ ਕਰਦਾ ਹੈ ਉਹਦੀ ਤਾਂ ਸਾਡੀ ਸਫਾਈ 'ਤੇ ਲੱਗ ਜਾਂਦੀ ਹੈ। ਫਿਰ ਥੋੜ੍ਹੀ ਬਹੁਤੀ ਦਇਆ ਕਰਦਾ ਹੈ, ਅਸੀਂ ਫਿਰ ਮੈਲ ਲਾਈ ਬੈਠੇ ਹੁੰਦੇ ਹਾਂ। ਇੱਕ ਇੱਕ ਜੀਵ ਵਾਸਤੇ ਕਾਲ, ਜਦ ਅਸੀਂ ਲਿਬੜਦੇ ਹਾਂ ਵਿਸ਼ੇ ਵਿਕਾਰਾਂ ਦੇ ਨਾਲ, ਇਹ ਨਾ ਕਹੋ ਕਿ ਉਹ ਸਾਨੂੰ ਕਾਲ ਨੂੰ ਦੇਖ ਰਿਹਾ। ਕਾਲ ਗੁਰੂ ਨੂੰ ਉਸੇ ਵੇਲੇ ਕਹਿੰਦਾ ਕਿ ਇਸ ਨੂੰ ਨਾਮ ਦਿੱਤਾ, ਆ ਦੇਖ ਇਹਦੀ ਕਰਤੂਤ। ਇਹ ਨਾ ਕਹੋ, ਸਾਹ ਸਾਹ ਦੇ ਨਾਲ ਤੁਹਾਡੇ ਅੰਦਰ ਜਿਹੜੀ ਤਾਕਤ ਬੈਠੀ ਹੈ, ਸਤਿਗੁਰੂ ਵੀ ਦੇਖ ਰਿਹਾ ਹੈ, ਉਹ ਅੰਦਰ ਜਾਮੀ ਹੁੰਦਾ ਹੈ, ਅੰਦਰ ਬੈਠਾ ਹੈ, ਤੁਹਾਨੂੰ ਕਾਲ ਵੀ ਦੇਖ ਰਿਹਾ ਹੈ ਕੈਸੀ ਤਾਕਤ, ਕਿਉਂਕਿ ਦੁਨੀਆਂ ਕਾਲ ਦੀ ਹੈ। ਅਗਰ ਉਹ ਨਾ ਦੇਖ ਰਿਹਾ ਹੋਵੇ, ਆ ਪੁੰਨਾ ਔਰ ਪਾਪਾਂ ਦਾ ਲੇਖਾ ਜੋਖਾ ਕੌਣ ਦੇਵੇ? ਉਹ ਦੇਖ ਰਿਹਾ ਹੈ, ਸਾਹ ਸਾਹ ਦੇ ਨਾਲ ਜੋ ਹਰਕਤ ਅਸੀਂ ਕਰਦੇ ਹਾਂ ਉਹ ਜ਼ਰੂਰ ਦੇਖ ਰਿਹਾ, ਉਹਨੂੰ ਲਿਖਦਾ ਹੈ, ਲੇਖੇ ਦੇ ਵਿੱਚ ਹੀ ਸਾਰਾ ਕੁਛ ਹੈ। ਤੋ ਇਸ ਵਾਸਤੇ, ਲੇਕਿਨ ਗੁਰੂ ਫਿਰ ਵੀ ਸਾਡੇ ਅੰਦਰ ਬੜਾ ਵਿਸ਼ਵਾਸ ਹੁੰਦਾ, ਉਹਦੇ ਅੰਦਰ ਬੜਾ ਸਬਰ ਵਾਲਾ ਹੁੰਦਾ ਹੈ। ਉਹ ਕਹਿੰਦਾ ਕੋਈ ਨਹੀਂ, ਇਹ ਜ਼ਰੂਰ ਸੁਧਰੇਗਾ, ਇਹ ਜ਼ਰੂਰ ਸੁਧਰੇਗਾ। ਅਗਰ ਅਸੀਂ ਸਿਮਰਨ ਕਰਦੇ ਰਹਿੰਦੇ ਹਾਂ, ਸਤਿਗੁਰੂ ਆਪਣੀ ਪੂਰੀ ਦਇਆ ਕਰਦਾ ਰਹਿੰਦਾ ਹੈ, ਇੱਕ ਦਿਨ ਅਸੀਂ ਕਾਮਯਾਬ ਹੋ ਜਾਂਦੇ ਹਾਂ। ਤੋ ਅੱਜ ਦਾ ਕੰਮ ਕੱਲ੍ਹ 'ਤੇ ਨਹੀਂ ਛੱਡਣਾ। ਕਬੀਰ ਸਾਹਿਬ ਕਹਿੰਦੇ, ਕੱਲ੍ਹ ਕਰਿੰਤਾ ਅਬ ਕਰਤਾ ਸੋਇ ਤਾਲ, ਪਾਛੇ ਕੁਛ ਨਾ ਹੋਵੀ ਜੋ ਸਿਰ ਪਰ ਆਇਓ ਕਾਲ। ਸੋ ਸਾਨੂੰ ਅੱਜ ਕੱਲ੍ਹ ਕਰਦਿਆਂ ਵਕਤ ਨਹੀਂ ਟਪਾ ਦੇਣਾ ਚਾਹੀਦਾ ਵੀ ਕੱਲ੍ਹ ਭਜਨ ਕਰਦੇ ਹਾਂ, ਪਰਸੋਂ ਕਰਦੇ ਹਾਂ, ਨਾ। ਜਿਸ ਮਨ ਨੇ ਤੁਹਾਨੂੰ ਅੱਜ ਇਹ ਸਲਾਹ ਦਿੱਤੀ ਹੈ ਵੀ ਰਾਤ ਵੱਡੀ ਹੈ, ਕੱਲ੍ਹ ਨੂੰ ਅਭਿਆਸ ਕਰਾਂਗੇ, ਉਹ ਤੁਹਾਨੂੰ ਕੱਲ੍ਹ ਨੂੰ ਵੀ ਰਾਏ ਦੇ ਪਰਸੋਂ ਤੋਂ ਪਾ ਸਕਦਾ, ਉਹ ਅੰਦਰੇ ਹੀ ਹੈ, ਤਾਂ ਤਾਂ ਪਹਿਲੇ ਦਿਨ ਹੀ ਉਹਦੀ ਰਾਏ ਨਾ ਮੰਨੋ। ਸੋ ਸਾਨੂੰ ਸਾਰਿਆਂ ਨੇ ਭਜਨ ਸਿਮਰਨ ਦਿਲ ਲਾ ਕੇ ਕਰਨਾ ਹੈ। ਭਜਨ ਸਿਮਰਨ ਇੱਕ ਐਸੀ ਵਸਤੂ ਹੈ, ਤਾਕਤ ਹੈ, ਜਿਹੜੀ ਸਾਡੇ ਨਾਲ ਜਾਣੀ ਹੈ। ਕਿਉਂ ਨਾ ਉਹ ਤੋਸ਼ਾ ਇਕੱਠਾ ਕੀਤਾ ਜਾਵੇ ਕਿ ਜਿਹੜਾ ਸਾਡੇ ਨਾਲ ਜਾਣਾ ਹੈ। ਦੁਨੀਆਂ ਦੇ ਕੰਮ ਵੀ ਕਰਨੇ ਹੈ, ਇਹ ਨਹੀਂ ਕਿ ਅਸੀਂ ਇਹਨਾਂ ਨੂੰ ਛੱਡ ਦੇਣਾ ਹੈ, ਲੇਕਿਨ ਦੁਨੀਆਂ ਦੇ ਕੰਮ ਵੀ ਉਹੀ ਆਦਮੀ ਅੱਛੇ ਢੰਗ ਨਾਲ ਕਰ ਸਕਦਾ ਹੈ ਜਿਹੜਾ ਨਾਮ ਸ਼ਬਦ ਦੀ ਕਮਾਈ ਕਰਦਾ ਹੈ, ਉਹ ਆਪਣੀ ਡਿਊਟੀ ਸਮਝੇਗਾ। ਹਾਂ ਬਾਈ, ਆਪ ਨੂੰ ਪਤਾ ਹੀ ਹੈ ਕਿ ਸਤਸੰਗ ਦੇ ਅੰਦਰ ਅਸੀਂ ਕਿਉਂ ਆਉਂਦੇ ਹਾਂ, ਕਾਹਦੇ ਵਾਸਤੇ ਆਉਂਦੇ ਹਾਂ, ਇਹ ਸਾਨੂੰ ਹਮੇਸ਼ਾ ਹੀ ਸੋਚਣਾ ਚਾਹੀਦਾ, ਕਿਉਂਕਿ ਸਾਡੇ ਅੰਦਰ ਬੜੀਆਂ ਕਮੀਆਂ ਹੈ। ਸਾਡੇ ਨੁਕਸ ਦੋ ਹੀ ਆਦਮੀ ਦੱਸ ਸਕਦੇ ਆ, ਜਾਂ ਤਾਂ ਕੋਈ ਦੁਸ਼ਮਣ ਜਾਂ ਕੋਈ ਸੰਤ। ਦੁਸ਼ਮਣ ਨੇ ਤਾਂ ਅਲਾਣੀਆਂ ਕਹਿ ਦੇਣਾ ਕਿ ਤੇਰੇ ਵਿੱਚ ਇਹ ਨੁਕਸ ਹੈ। ਸਾਡਾ ਇਹ ਫਰਜ਼ ਨਹੀਂ ਬਣਦਾ ਕਿ ਕੋਈ ਸਾਡੇ ਨੁਕਸ ਦੱਸਦਾ ਅਤੇ ਅਸੀਂ ਉਹਦੇ ਨਾਲ ਲੜੀਏ ਜਾਂ ਉਹਦਾ ਗੁੱਸਾ ਕਰੀਏ, ਬਲਕਿ ਉਹਦੇ ਸ਼ੁਕਰ ਗੁਜ਼ਾਰ ਹੋਣਾ ਚਾਹੀਦਾ ਕਿ ਭਰਾਵਾ ਤੂੰ ਸਾਡੀ ਕਮੀ ਦੱਸੀ, ਸਾਡਾ ਫਰਜ਼ ਹੈ ਉਸ ਕਮੀ ਨੂੰ ਦੂਰ ਕਰ ਦੇਈਏ। ਤੋ ਮਹਾਤਮਾ ਨੇ ਕਹਾਣੀ ਪਾ ਕੇ ਕਹਿ ਦੇਣਾ ਵੀ ਤੁਹਾਡੇ 'ਚ ਇਹ ਨੁਕਸ ਹੈ। ਸਾਨੂੰ ਗੁੱਸਾ ਨਹੀਂ ਕਰਨਾ ਚਾਹੀਦਾ, ਬਲਕਿ ਉਸ ਨੁਕਸ ਨੂੰ ਦੂਰ ਕਰ ਲੈਣਾ ਚਾਹੀਦਾ। ਸਤਸੰਗ ਦੇ ਅੰਦਰ ਆ ਕੇ ਸਾਨੂੰ ਕਮੀਆਂ ਦਾ ਪਤਾ ਲੱਗਦਾ ਕਿ ਸਾਡੇ ਵਿੱਚ ਕੀ ਕਮੀਆਂ, ਅਸੀਂ ਕਿੱਥੇ ਖੜ੍ਹੇ ਹਾਂ।
सत्संग वो पानी हुंदा है कि जिस पानी ना खेती हरी भरी रहिंदी है, ये साड़ी आत्मा वास्ते पानी है। साड़ा मन बड़ा हठीला दुश्मन है। अगर कोई महात्मा सानू उंगली लगाउंदा ही रहे, चाबक लाउंदा ही रहे आपके बचना का, तो यह बेशक उधर नूं तुर पे, नहीं तो बड़ा मुश्किल है। ये एक सच्चाई है कि संत देण वास्ते आउंदे है। अगे हुंदा आपो अपने बर्तन का सवाल। जारा सानू जरूर ऐसा लगता है, क्योंकि जे असी अंदरूनी तौर दे उते समझ जाइए भी ये कुछ देण वास्ते आउंदे है, ता सारी दुनिया उन्हां तों फायदा उठा लवे। फायदा वह सब का करते हैं, चाहे किसी ने देखिया चाहे नहीं देखिया, क्योंकि संसार मंडल से जद भी आते हैं वो जरूर फायदा करते हैं। किसी मुल्क के अंदर जंग लग जाता है, हालांकि उन्हां लोकां दा उस महात्मा तक कोई वास्ता नहीं हुंदा गा। जब उत्थे भी आत्मा उस गैबी ताकत अगे पुकार दी है, जो महात्मा पूरा इस मंडल से आता है वो उन्हां दा दुख भी उठा लैंदा है। क्योंकि कई दफा असं कई कुर्बानियां करते हैं, दिल के ख्याल आता है कि असं ये गुरु वास्ते करते हैं। नहीं, गुरु बड़ा दिल दरिया हुंदा है, बड़ा यह पर्दा पोश हुंदा है, छेती कीत्या किसी का पर्दा जाहर नहीं करता गा। महाराज सावन सिंह कहिंदे हुंदे सी कि गुरु लैंदा भी कख नहीं तो छड़दा भी कख नहीं। तो बड़ी सोच विचार की गल है, अगर असं इस गल नूं समझिए भी लैंदा भी कख नहीं तो छड़दा भी कख नहीं। लेकिन वक्त साबित कर दिंदा है कि किवें कुछ नहीं लैंदा गा। हजूर कुल मालिक जद मेरे घरे गया, क्योंकि मैनूं बचपने तो भगवान की उतनी तड़फ नहीं सी जिन्नी कि गुरु की सी। मैं कहिंदा सां किहे जिहे आदमी है जिहड़े गुरु दे कोले बैठे होणगे, क्योंकि मैं सिख घराने च पढ़िया सी, दसां गुरुआं दा मैनूं पूरा प्यार हुंदा सीगा पढ़ के। मैं कहिंदा सां किहे जिहे आदमी है भी जिन्हां ने गुरु नूं देखिया होएगा जां गुरु कोले बैठदे होणगे। यही तड़फ सी कितें मैं भी देख लूं। जद गुरु घर दे विच आया, क्योंकि पंजाब की जायदाद तो मैं पहला ही छड़ के एक रमता साधु बन गया सीगा। मां मेरी ने यही कहा कि बेटा किसी का कपड़ा नहीं हंडाउणा। यह साडा फर्ज है, जब तेरे को खर्च मुके तो घरों लै जाना है, नहीं हटदा तू आपकी खोज कर। लेकिन बाबा बिशन दास नूं कुछ ऐसा मंजूर सीगा, वो कहन लगे नहीं वो घर बना जिथे देण वाले ने आना वस्तु। तो मैं काफी सारी उत्थे जमीन खरीदी। जिहदे विचों गौरमेंट दे ऐसे कानून निकले भी तुसी इतनी 2 मरबे रख सकते हो, मैं बाकी दी जमीन 5 मरबे मारवाड़ सी वह वेच दिते। इत्थे भी खूनी चक दे विच भी मैं काफ़ी जमीन वेच दिती, 2 मरबे रख ले। जद हजूर गया वो देख के बड़ा खुश होया भी सब कुछ ठीक ठाक है, जमीन अच्छी है, पर इहनूं छड्ड दे। डंगर काफ़ी सी, समान काफ़ी सी, वह कहने लगे ये लोगों दी लड़कियां नूं वांट दे। हुण सोच के देख लो कि जिहदी तुसीं सारी जिंदगी आसा लाई होवे भी उह किहे जिहे आदमी होणगे, लेकिन जद वह मिले तो ऐसा कौतक कर देवे। सोच के देख लो कि कहे भी सब नूं छड्ड दे, तू इस डंगरां दा भी कुछ नहीं वट सकदा गा, इस बर्तन दा भी कुछ नहीं वट सकदा गा, तेरा कोई मतलब नहीं इहनां नाल। किड्डा मुश्किल है उदो मन, या तो यह कहेगा भी मैं गुरु दे आके सब कुछ किया। ये भी एक बीमारी है ना, जे ये कहे मैं गुरु दे आके सब कुछ किया तो फिर भी सारा किया कताया गया, भाई किया कराया सब गया, तो जब आया हंकार। मैं क्या अच्छा तेरा भाणा, जो हुक्म वही होएगा,
अजीत को खड़ा पूछ सकते हो, मैं जाके इन्हों के घरे भी नहीं गया सी। मेरे अच्छे पहला तो प्रेमी सन, मैं इन्होंने घरे नहीं गया सी। मैं जाके एक दरखत के थले बैठ गया। तेरा मकाना ना की मतलब? लेकिन जो अपना वक्त सीगा, हजूर ने कहा सीगा, देख तेरे को मैं आऊंगा, तू नहीं मेरे को आना, अपना भजन करना है। वो वक्त खराब नहीं किया। हूँ जे मैं थानू ये कह कि ओदी बदौलत मैनू की दिता, तो जवान तो नहीं बयान कर सकते भी मैनू की दिता। मेरी यह हालत है कि मैं जो शाम को सारे भांडे धो के रख देव ना, तो तड़के में भरे होंगे है, ये एक गुरु का करिश्मा होंगे। वो तो एक थोड़ी जी चीज सी, लेकिन साड़ी की हालत है जो दोनों हथी देंदे है तो असं लेंदे नहीं। बस आ ही रौला साडा, होर कोई रौला नहीं होंगे गा। मैं आम तौर के उत्ते जो अखी देखी वाकया मस्ताना जी का सुना हूं कि वो एक आदमी के उत्ते आशक हो गए। लड़का सीगा, आशक की होए कि उहदा नाम लाट साहब रख लिया। उन्होंने घरदियां नूं कहण लगे कि भी लाट साहब सानू दे दिओ। घरदे मुकर गए, कहण लगे जी लो पुत तां ठीक नहीं। अगे लाट साहब जदों भी चाहे मिल सकता सीगा। मस्ताना जी खामोश रहे। किसी आदमी ने पूछा, असी पंज सत आदमी बैठे सीगे, कि महाराज जी तुसी लाट साहब ते इतने क्यों आशिक होए हो? वो कहन लग्या कि इहदी बाडी दी थोड़ी जी चोण सावन शाह ते पैंदी है, ते मैं ये सोचदा सीगा भी जिस दी चोण मेरे सतगुरु दी बाडी ते पैंदी है, क्यों ना लोक परलोक वार देवां। मेरे कोल इही कीमती चीज सीगी कि मैं सोचा सी बणिया बणाया आराम ही इहदे विच रख देवां। कुछ दिन बाद घरदियां ने विचार कीती भई लो जी वो तो इतने नोट बना लैंदा, सारा दिन नोट बंदी जांदा, क्यों ना आपां मुंडा उसनूं दे दईए, आपां तां गलती कीती। वो मस्ताना जी दे पास सरसे आए, जिवें अगे रोज जदों मर्जी सी जाके मिल लैंदे सीगे। उहदे बूहे दे अंदर बार दे विच इक चौकीदार बैठा। वो कहिंदा भी तू लंघ नहीं सकदा। वो कहिंदा तुसीं मस्ताना जी नूं कहो कि लाट साहब मिलने वास्ते आया है। जब मस्ताना जी ने कहा, वह 3500 इतने लाट साहब फिर ठीक है। वह कहिंदा एक मास का लोथड़ा मंगया सी, तो मास का लोथड़ा नहीं दिता, तो कहिंदा मैं बनया बनाया साबन शाह अंदर टकाउंदा सीगा। साडा यह तजर्बा है कि संत दिंदे है लेकिन असी ले नहीं सकते गे। असी कहने भी पहला पल्ले च पाओ, उन्होंने राज नूं नहीं समझ देंगे। भजन करो ठीक है, पहला कम भजन का समझो। मंग के भजन ना करो भी सानू ये देवे, शर्त ना ला के बैठो भी सानू ये देवे, फिर भजन कर दो। भजन कह दिया बई वो तो गर्ज है। जब वस्तु मिल जाएगी मन ने होर उठा देनी है। भजन का मतलब यह है कि साडा यह धर्म है कि कोई ख्वाहिश ना हो, देना कम ओदा हुंदा, देवे ना देवे ओदी मर्जी है भाई। लेकिन महाराज सावन सिंह कहिंदे हुंदे सीगे भी जब बंदा मजदूरी नहीं रखता कि भगवान सतगुरु साडी मजदूरी रख सकदा, तो कदे भी नहीं रखता, बेइंसाफ नहीं गा। सो सब तो पहला भजन करना है, अपनियां शर्तां बाद में पेश करनियां। लेकिन हुण साडी की हालत हुंदी है, साडे अंदर मन ख्वाहिश पैदा करदा है, साडा ये कारोबार पूरा होवे, साडा ये होवे, सारा कुछ असी करी जाने हैं, ऊं अखां मीच के भजन ते बह जाने हैं। फिर जद उठदे हैं फिर घंटा अरदास ते ला दिंदे हैं, 5-4 मिनट याद कीता हुंदा है, घंटा अरदासां ते ला दिंदे हैं। ख्वाहिशां कौन उठाउंदा, मन पूरियां कितों करवाउणा चाहुंदे भई गुरु तों? कि असी गुरु की भगती करते हैं या मन की करते हैं?
जो कुछ असि मस्तक दे विच लियाए आ वह सानू जरूर मिलेगा, जो कुछ असि कर रहे हैं उहदा भी वजाना सानू जरूर मिलेगा। जे आपां फसल चंगी बीजदे हैं क्यों नहीं आपां नूं भी उह आपां ही कटणी है। तो पहला काम है भजन करना, सब तो पहली ड्यूटी है भजन करना, देना उहदा काम। बुल्ले शाह ने कहा सीगा कि वह प्रभ साडा सखी है असी सेवा करनी सूम, वह तो सखी है लेकिन असी सेवा करनी सूम। सूम उहनू कहिंदे आ जिहदे कोल करोड़ां रुपया होवे वह एक बेचारा पाई भी ना खर्च कर सके। इस तरह सतगुरां ने सानू वह मंत्र दिता है, ये बड़ी सोच विचार की गल है। मैं कहना हुंना कि हर पलवान हर उस्ताद आपो अपनी एक अद्धा दाल लुको के रख लैंदा, क्योंकि उहदे अंदर तां रसाई नहीं हुंदी गी। गुरु सानू पूरा दा बताउंदा आपदे वस होण दा, पूरा मंत्र दिंदा आपदे वस होण दा भई इस तरह तुसीं आराधना करोगे तो मैं तुहाडे वस हो जाऊंगा, इतना वस होऊंगा कि मैं दूजे पासे झाकूंगा भी नहीं। प्रेमी का भी यही फर्ज हुंदा है। कबीर साहब ने कहा जब तुम आवे आंख में आंख झाम में लो, ना मैं देखा और को ना तुझे देखण दे। जे साडे दिल दे विच इतना विश्वास होवे तो गुरु ने भई किधर जाना, फिर वह ऐसा नहीं कि एक दे अंदर ही प्रगट हो गया दूसरे दे अंदर नहीं, चाहे सारी दुनिया उन्हूं, क्योंकि गुरु सर्वव्यापी भी है एक देसी भी है, शब्द करके हर जगह व्यापक है। अगर वो सारे शिष्य भी आराधना उस तरह की शुरू कर दें तो सारे दे अंदर भी प्रगट हो सकता है। तुसीं इह ना समझो कि गुरु एक जना ही है, नहीं। सज्जन मैंडा सांझा हब कही दा मित, सभे जानण अपना काहू ना ढाहे चित, वह सारयां दा ही है, किसे दा दिल नहीं तोड़दा गा। सब दे नाल उसका प्यार हुंदा है, उहदे प्रेमियां नूं मिलके तुसीं दे सकदे हो। हर प्रेमी यही कहिंदा हुंदा जी जिन्ना प्यार मेरे नाल ना गुरु दा उन्ना होर किसे नाल नहीं। मैं हजूर दे वक्त भी यह देखदा रहा, क्योंकि सारयां दा मित्र हुंदा, सब नाल सच्चा प्यार करदा। सो सानूं वी चाहीदा सच्चे दिलों आराधना करिए, नाम की कमाई करिए। हजूर कहिंदे हुंदे सीगे कि सौ कम छड के सत्संग दे अंदर जाओ, हज़ार कम छड के भजन अभ्यास दे विच बैठो। वो कहिंदे हुंदे सी उन्ना चिर तुसीं तन नूं खुराक ना दिओ जिन्ना चिर आत्मा नूं खुराक ना दे दिओ। तन दी खुराक अन्न है, रोटी है, और आत्मा दी खुराक भजन सिमरन है। ये भी बेचारी जन्मां जन्मांतरां दी भुखी बरलाप कर रही है, इसकी आवाज़ नूं सुनो आत्मा दी। तो सब ने भजन सिमरन करना है, आपस में सारे ने प्यार बना के रखना है, क्योंकि थोड़ा प्यार थबाग सत्संगियों का होगा, थानू देख के थोड़े अड़ोस पड़ोस के घर के सारे सुधर जाएंगे। बंदे नूं कम से कम यह तो पता होगा भी यह संतां का सेवक है, ठीक है। सानू फकर होना चाहिए, लोगों नूं भी साढ़े यकीन होना चाहिए भी यह संतां दे सेवक है, बई ये झूठ नहीं बोलते, इन्हों का विहार जिहड़ा है सच्चा है। सच्चे विहार दे विच शुरू शुरू तो थोड़ी जी तकलीफ आती है, लेकिन बाद में जब उसका मुल पैंदा है वह बहुत उच्चा हुंदा है। सो सब ने भजन सिमरन करना दिल ला के। हाँ।